ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਬਲੌਗ 'ਚ। ਉਮੀਦ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਮੈਂ ਵੀ ਬਹੁਤ ਜ਼ਿਆਦਾ ਵਧੀਆ। ਸਭ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰਿਆਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ। ਮੈਨੂੰ ਅੱਜ ਵੀ ਯਾਦ ਹੈ ਜਦੋਂ ਅੱਜ ਤੋਂ 9 ਮਹੀਨੇ ਪਹਿਲਾਂ ਮੈਂ ਆਪਣੇ ਗੌਰਮੈਂਟ ਮੈਡੀਕਲ ਕਾਲਜ 'ਚ ਗਿਆ ਸੀ। ਉਸ ਟਾਈਮ ਮੇਰੇ 1700 ਸਮਥਿੰਗ ਸਬਸਕ੍ਰਾਈਬਰ ਸੀ ਅਤੇ ਉਸ ਟਾਈਮ ਨਾ ਹੀ ਕੋਈ ਕਾਲਜ 'ਚ ਸਾਨੂੰ ਜਾਣਦਾ ਸੀ। ਜਦੋਂ ਮੈਂ ਸਟਾਰਟ ਕੀਤਾ, ਮੈਂ ਪਹਿਲਾ ਵਲੌਗ ਇਕੱਲੇ ਨੇ ਬਣਾਇਆ ਸੀ ਉਸ ਕਾਲਜ 'ਚ ਅਤੇ ਅੱਜ ਉਸ ਵਲੌਗ 'ਚ ਉੱਤੇ ਲਗਭਗ 5-6 ਹਜ਼ਾਰ ਵਿਊ ਹੋਏ ਹੈ ਅਤੇ ਬਹੁਤ ਕਮੈਂਟ ਆਏ, ਲੋਕਾਂ ਨੂੰ ਬਹੁਤ ਕੁਝ ਦੱਸਿਆ ਕਾਲਜ ਦੇ ਬਾਰੇ। ਉਦੋਂ ਬਾਅਦ ਵਲੌਗਾਂ ਦੇ ਵਲੌਗ ਪਾਈ ਗਏ ਹੈ ਨਾ, ਮਤਲਬ ਉਦੋਂ ਤੱਕ ਅਸੀਂ ਵਲੌਗ ਪਾਉਂਦੇ ਰਹੇ ਹੁਣ ਤੱਕ ਜਦੋਂ ਤੱਕ ਸਾਡੇ ਜੂਨੀਅਰ ਨੇ ਉੱਥੇ ਐਡਮਿਸ਼ਨ ਲੈ ਲਈ। ਉਹਨਾਂ ਨੇ 1 ਸਾਲ ਹੋ ਗਿਆ, ਆਲਮੋਸਟ 1 ਸਾਲ ਕੰਪਲੀਟ ਹੋ ਗਿਆ। ਅਤੇ ਸਾਰਿਆਂ ਦੇ ਬਈ ਕੁਛ ਨਾ ਸੁਪਨੇ ਹੁੰਦੇ ਆ, ਕੁਛ ਨਾ ਕੁਛ ਬੰਦਾ ਸੋਚ ਕੇ ਐਡਮਿਸ਼ਨ ਲੈਂਦਾ ਉਹਨਾਂ ਕਾਲਜਿਸ 'ਚ ਜਿਹੜੇ ਪੰਜਾਬ ਦੇ ਟੋਪ ਰੈਂਕ ਕਾਲਜ ਹੈ। ਗੌਰਮੈਂਟ ਮੈਡੀਕਲ ਕਾਲਜ ਉਹਨਾਂ 'ਚੋਂ ਇੱਕ ਹੈ ਜੋ ਕਿ ਟੋਪ ਰੈਂਕ 'ਤੇ ਆਉਂਦੇ ਹੈ। ਤੁਸੀਂ ਇੰਡੀਆ ਲੈਵਲ 'ਤੇ ਦੇਖ ਸਕਦੇ ਹੋ ਕਿ ਇਹ ਕਾਲਜ ਟੋਪ ਰੈਂਕ 'ਤੇ ਨੇ, ਇਨਫਰਾਸਟ੍ਰਕਚਰ ਵਾਈਜ਼, ਸਟੱਡੀ ਵਾਈਜ਼ ਅਤੇ ਇਹਨਾਂ ਦੇ ਰੈਂਕਿੰਗ ਵਾਈਜ਼। ਤਾਂ ਜਦੋਂ ਮੈਂ ਗਿਆ ਉੱਥੇ ਮੇਰੇ 1700 ਸਬਸਕ੍ਰਾਈਬਰ ਸੀ। ਪਹਿਲੇ ਦਿਨ ਕਿਸੇ ਨੂੰ ਨਹੀਂ ਜਾਣਦਾ ਸੀ, ਅਣਜਾਣ ਜਿਹੇ ਬਣ ਕੇ ਗਏ, ਪਰ ਸੋਚਿਆ ਵੀ ਜਦੋਂ ਕੁਝ ਕਰਨਾ ਹੀ ਹੈ ਫਿਰ ਸੰਗ ਸ਼ਰਮ ਦੀ ਇਹਦੇ 'ਚ ਕੋਈ ਗੱਲ ਨਹੀਂ ਹੈਗੀ। ਜਦੋਂ ਇਹ ਸੋਚਿਆ ਹੋਇਆ ਸੀ ਕਿ ਵੀ ਲੋਕਾਂ ਤੱਕ ਇਹ ਕੰਟੈਂਟ ਪਹੁੰਚਾਉਣਾ ਹੈ ਆਪਾਂ, ਜਿੱਦਾਂ ਹੁਣ ਤੱਕ ਉਹ ਤੋਂ ਪਹਿਲਾਂ ਤੱਕ ਅਸੀਂ ਪਾਉਂਦੇ ਰਹੇ ਵਲੌਗ, ਅਜੀਬੋ ਗਰੀਬ ਵਲੌਗ ਪਾਉਂਦੇ ਰਹੇ, ਹਾਸੀ ਮਜ਼ਾਕ ਦੇ ਵਲੌਗ ਪਾਉਂਦੇ ਰਹੇ ਹੈ ਨਾ, ਬੜੇ ਖਤਰਨਾਕ ਟਾਈਪ ਵਲੌਗ ਪਾਉਂਦੇ ਰਹੇ। ਪਰ ਸਾਨੂੰ ਇਵੇਂ ਸੀ ਵੀ ਕਿ ਅਸੀਂ ਕੁਛ ਆਪਣੀ ਸੋਸਾਇਟੀ ਲਈ, ਆਪਣੀ ਕਮਿਊਨਿਟੀ ਲਈ ਅਤੇ ਉਹਨੂੰ ਸਟੂਡੈਂਟਸ ਲਈ ਜੋ ਮੈਂ ਉਸ ਟਾਈਮ ਫੇਸ ਕਰ ਰਿਹਾ ਤਾ ਹੈ ਨਾ, ਕਿਉਂਕਿ ਦੱਸਣ ਵਾਲਾ ਕੋਈ ਨਹੀਂ ਹੁੰਦਾ ਜੀ, ਹੈ ਨਾ ਹੀ ਮੈਂ ਦੇਖੀ ਯੂਟਿਊਬ ਚੈਨਲ 'ਤੇ ਵੀ ਇੰਨਾ ਡਿਟੇਲ, ਮੈਂ ਕਿਹਾ ਡੀ ਫਾਰਮੈਸੀ ਫਾਰਮੈਸੀ ਦੇ ਬਾਰੇ ਹੈ ਨਾ, ਜਾਂ ਕਿਸੇ ਵੀ ਉਹਦੇ ਬਾਰੇ ਮੈਂ ਡਾਇਰੈਕਟ ਕੋਈ ਵੀ ਸਿੱਧਾ ਸਿੱਧਾ ਨਹੀਂ ਦੱਸਦਾ ਹੁੰਦਾ। ਮੈਂ ਸੋਚਿਆ ਕਿ ਹੁਣ ਮੇਰੇ ਕੋਲ ਇਹ ਇੱਕ ਪਲੈਟਫਾਰਮ ਬਣਿਆ ਹੋਇਆ, ਮੈਂ ਇਹਦੀ ਹੈਲਪ ਲੈ ਕੇ ਤੁਹਾਡੇ ਸਾਰਿਆਂ ਤੱਕ ਇਹ ਸਾਰੀ ਚੀਜ਼ ਪਹੁੰਚਾ ਸਕਾਂ, ਹੈ ਨਾ, ਇਹ ਕੰਟੈਂਟ ਪਹੁੰਚਾ ਸਕਾਂ, ਜੋ ਜੋ ਵੀ ਨੌਲੇਜ ਮੈਨੂੰ ਹੈ ਉਹ ਨੌਲੇਜ ਮੈਂ ਤੁਹਾਡੇ ਤੱਕ ਪਹੁੰਚਾ ਸਕਾਂ। ਤਾਂ ਮੈਂ ਸੋਚਿਆ ਕਿ ਵਲੌਗ ਬਣਾ ਲੈਣਾ ਚਾਹੀਦਾ। ਠੀਕ ਹੈ, ਸਟਾਰਟਿੰਗ 'ਚ ਵਲੌਗ ਬਣਾਏ, ਫੋਨ ਦੀ ਕੁਆਲਿਟੀਆਂ ਵੀ ਵਧੀਆ ਨਹੀਂ ਸੀ, ਪਰ ਦਿਲ 'ਚ ਜਜ਼ਬਾ ਸੀ ਵੀ ਹਾਂ ਵਲੌਗ ਬਣਾਉਣੇ ਨੇ। ਠੀਕ ਹੈ, ਉੱਥੇ ਸ਼ੁਰੂ ਹੋਇਆ, ਬਹੁਤ ਜ਼ਿਆਦਾ ਕੁਛ ਸਿੱਖਿਆ ਹੈ ਨਾ, ਕਾਲਜ ਤੋਂ ਵੀ ਸਿੱਖਿਆ, ਉੱਥੇ ਜਿਹੜੇ ਲੋਕ ਮਿਲੇ ਉਹਨਾਂ ਨੇ ਵੀ ਬਹੁਤ ਕੁਛ ਸਿਖਾਇਆ, ਕਿਵੇਂ ਆਪਣੇ ਅਤੇ ਪਰਾਏ ਦੀ ਪਰਖ ਕਰਨੀ ਹੈ ਇਹ ਵੀ ਉਸ ਕਾਲਜ ਤੋਂ ਸਿੱਖਿਆ, ਕਿਵੇਂ 4 ਬੰਦਿਆਂ 'ਚ ਖੜ ਕੇ ਵਿਚਰਨਾ ਇਹ ਵੀ ਉਸ ਕਾਲਜ ਤੋਂ ਸਿੱਖਿਆ, ਕਿਵੇਂ ਕਿਸੇ ਨਾਲ ਕਿੱਦਾਂ ਬੋਲਣਾ ਉਹ ਵੀ ਉਹਨਾਂ ਤੋਂ ਸਿੱਖਿਆ, ਅਤੇ ਕਿਵੇਂ ਲੋਕਾਂ ਦੀ ਮਦਦ ਕਰਨੀ ਹੈ ਉਹ ਵੀ ਉਸ ਕਾਲਜ ਨੇ ਸਿਖਾਇਆ। ਇੱਕ ਕਾਲਜ ਇਹੋ ਜਿਹੀ ਜਗ੍ਹਾ ਹੈ ਜੋ ਕਿ ਇਨਸਾਨ ਨੂੰ ਇਨਸਾਨ ਅਸਲ 'ਚ ਬਣਾਉਂਦੀ ਹੈ, ਬੰਦਾ ਇਨਸਾਨ ਸਿੱਖਦਾ ਹੈ। ਗੌਰਮੈਂਟ ਮੈਡੀਕਲ ਕਾਲਜ ਨੇ ਬਹੁਤ ਕੁਝ ਦਿਆ ਜੀ, ਬਹੁਤ ਕੁਝ ਸਿਖਾਇਆ ਮੈਨੂੰ, ਅਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ। ਤੁਸੀਂ ਸਾਰਿਆਂ ਨੇ 1700 ਤੋਂ 3500 ਤੱਕ ਸਬਸਕ੍ਰਾਈਬਰਾਂ ਦਾ ਸਫ਼ਰ ਤੈਅ ਕਰਿਆ, ਪਰ ਜੋ ਅੱਜ ਦਾ ਵਲੌਗ ਹੈ ਤੁਸੀਂ ਮੇਰੇ ਥੰਬਨੇਲ ਤੋਂ ਦੇਖ ਕੇ ਸਮਝ ਗਏ ਹੋਵੋਗੇ ਕਿ ਮੈਂ ਆਪਣਾ ਕੋਰਸ ਛੱਡ ਰਿਹਾ। ਬੜੇ ਲੋਕਾਂ ਨੇ ਸਵਾਲ ਕਰਨੇ ਵੀ ਕਿਆ ਗੱਲ ਹੈ, ਸਾਡੇ ਬਹੁਤ ਪਲੈਨ ਸੀ ਹੈ ਨਾ, ਜਿਹੜੇ ਸਾਡੇ ਜੂਨੀਅਰ ਆ ਰਹੇ ਸੀ ਉਹਨਾਂ ਦੀ ਫਰੈਸ਼ਰਸ ਪਾਰਟੀ ਨੂੰ ਲੈ ਕੇ, ਮਤਲਬ ਬਹੁਤ ਕੁਛ ਸੋਚਿਆ ਹੋਇਆ ਸੀ ਹੈ ਨਾ ਵੀ ਸਟੇਜ 'ਤੇ ਕਿਵੇਂ ਕੀ ਮੈਨੇਜ ਕਰਨਾ, ਬਟ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਹੈ ਕਰਨਾ ਤਾਂ ਉਵੇਂ ਹੀ ਪੈਂਦਾ ਜੀ, ਆਪਾਂ ਕੁਛ ਨਹੀਂ ਕਰ ਸਕਦੇ, ਉਹਨੇ ਸਾਰਾ ਕੁਛ ਤੈਅ ਪਹਿਲਾਂ ਹੀ ਕੀਤਾ ਹੋਇਆ। ਅਤੇ ਹੁਣ ਸੈਕਿੰਡ ਈਅਰ 'ਚ ਅਸੀਂ ਹੋ ਗਏ ਸੀ, ਤਾਂ ਜੋ ਵੀ ਚਲੋ ਪਰਮਾਤਮਾ ਦੀ ਇਹ ਦੇਣ ਹੈ ਸਭ ਕੁਛ। ਤਾਂ ਮੈਂ ਹੁਣ ਆਪਣਾ ਕੋਰਸ ਡਰੋਪ ਕਰਤਾ ਅਤੇ ਮੈਂ ਕਾਲਜ ਛੱਡ ਦਿਆ। ਸਮਝ ਨਹੀਂ ਆ ਰਿਹਾ ਵੀ ਕਿਵੇਂ ਇਹ ਗੱਲ ਕਰਾਂ ਹੈ ਨਾ, ਵੀ ਜਦੋਂ ਇਹ ਗੱਲ ਕਾਲਜ ਛੱਡਣ ਦੀ ਗੱਲ ਆ ਰਹੀ ਹੈ ਨਾ, ਕੋਰਸ ਡਰੋਪ ਕਰਨ ਦੀ ਗੱਲ ਆ ਰਹੀ ਹੈ, ਤਾਂ ਮੈਂ ਸੋਚ ਰਿਹਾ ਕਿ ਉਹ ਪਹਿਲਾ ਦਿਨ ਮੇਰੀ ਅੱਖਾਂ ਦੇ ਮੂਹਰੇ ਘੁੰਮ ਰਿਹਾ ਜਦੋਂ ਮੈਂ ਨਾ ਜਿੱਥੇ ਹੁਣ ਮੈਂ ਆਪਣੇ ਘਰ ਖੜੇ ਹਾਂ, ਮੈਂ ਉੱਥੋਂ ਮੇਰੇ ਸਾਹਮਣੇ ਜਗ੍ਹਾ ਜਿੱਥੋਂ ਮੈਂ ਇਹ ਵਲੌਗ ਦੀ ਸਟਾਰਟਿੰਗ ਕਰੀ ਸੀ, ਜੋ ਕਿ ਇਹ ਇਨਫੋਰਮੇਸ਼ਨ ਵਾਲੇ ਵਲੌਗਾਂ ਦੀ ਸਟਾਰਟਿੰਗ ਮੈਂ ਇੱਥੋਂ ਕਰੀ ਸੀ। ਅਤੇ ਅੱਜ ਲਗਭਗ 9-10 ਮਹੀਨੇ ਤੋਂ ਬਾਅਦ ਉਸੇ ਜਗ੍ਹਾ 'ਤੇ ਮੈਂ ਆਪਣੇ ਉਹਨਾਂ ਵਲੌਗਾਂ ਨੂੰ ਰੋਕ ਰਿਹਾ। ਮੈਂ ਸਿਰਫ ਗੌਰਮੈਂਟ ਮੈਡੀਕਲ ਕਾਲਜ ਵਾਲੇ ਵਲੌਗ ਰੋਕ ਰਿਹਾ, ਕਿਉਂਕਿ ਗੌਰਮੈਂਟ ਮੈਡੀਕਲ ਕਾਲਜ ਦੇ ਹੋਰ ਵਲੌਗ ਨਹੀਂ ਆਉਣਗੇ। ਜਿੰਨੇ ਵਲੌਗ ਪਾਤੇ ਠੀਕ ਹੈ, ਹੁਣ ਵੀ ਮੈਨੂੰ ਕਾਲਜ ਛੱਡੇ ਨੂੰ ਲਗਭਗ 10 ਕੁ ਦਿਨ ਹੋ ਗਏ, ਬਟ ਮੈਂ ਹਲੇ
ਕੋਈ ਕਿਸੇ ਨੂੰ ਦੱਸਿਆ ਨਹੀਂ ਸੀ ਮੈਂ ਕਾਲਜ ਛੱਡ ਦਿਆ ਜਾਂ ਮੈਂ ਕਾਲਜ ਕਿਉਂ ਨਹੀਂ ਜਾ ਰਿਹਾ ਜਾਂ ਮੈਂ ਕੋਈ ਵੀ ਵਲੌਗ ਫਿਲਹਾਲ ਆ ਨਹੀਂ ਰਿਹਾ ਸੀ ਹੈ ਨਾ ਮੈਂ ਪਹਿਲੇ ਦਿਨ ਕਾਲਜ ਜਿੱਦਣ ਮੈਂ ਗਿਆ ਹੁਣ ਸੈਕਿੰਡ ਈਅਰ 'ਚ ਪਹਿਲੇ ਦਿਨ ਮੈਂ ਕਾਲਜ ਗਿਆ ਮੈਨੂੰ ਐਵੇਂ ਸੀ ਕਿ ਮੈਂ ਵਲੌਗ ਬਣਾਵਾਂ ਉਸ ਦਿਨ ਪਰ ਪਤਾ ਨਹੀਂ ਕਿਆ ਗੱਲ ਹੋਈ ਉਸ ਦਿਨ ਮੇਰੇ ਤੋਂ ਵਲੌਗ ਬਣਿਆ ਨਹੀਂ ਹੈਗਾ ਨਾ ਮੇਰਾ ਦਿਲ ਕੀਤਾ ਵਲੌਗ ਬਣਾਉਣ ਨੂੰ ਨਾ ਮੈਂ ਆਖਰੀ ਕੋਈ ਫੋਟੋ ਲੈ ਸਕਿਆ ਆਪਣੇ ਕਾਲਜ ਨਾਲ ਹੁਣ ਤਾਂ ਪਤਾ ਨਹੀਂ ਕਦੋਂ ਦੁਬਾਰਾ ਉਸ ਕਾਲਜ 'ਚ ਜਾ ਹੋਊਗਾ ਕੁਛ ਨਹੀਂ ਪਤਾ ਪਰ ਹਾਂ ਜੋ ਮੇਰੀ ਡ੍ਰੀਮ ਸੀਰੀਜ਼ ਸੀ ਜੋ ਮੈਂ ਯੂਟਿਊਬ 'ਤੇ ਬਣਾਉਣਾ ਚਾਹੁੰਦਾ ਸੀ ਹੈ ਨਾ ਯੂਟਿਊਬ ਇੱਕ ਪੈਸ਼ਨ ਸੀ ਕੋਈ ਐਵੇਂ ਸੀ ਵੀ ਹਾਂ ਵੀ ਇਹਦੇ ਤੋਂ ਪੈਸੇ ਕਮਾਉਣੇ ਹੈ ਨਾ ਜਾਂ ਤੇਰੇ ਤੋਂ ਸਿੱਖ ਕੇ ਜਾਂ ਤੈਨੂੰ ਦੇਖ ਕੇ ਮੈਂ ਇਹ ਚੀਜ਼ ਸ਼ੁਰੂ ਕਰੀ ਸੀ ਇਹ ਦਿਲ ਕਰਿਆ ਮੇਰਾ ਆਪਣਾ ਕਿ ਮੈਂ ਲੋਕਾਂ ਤੱਕ ਪਹੁੰਚਾਵਾਂ ਆਪਣੀਆਂ ਗੱਲਾਂ ਲੋਕਾਂ ਤੱਕ ਪਹੁੰਚਾਵਾਂ ਹੈ ਨਾ ਜੋ ਮੈਨੂੰ ਨੌਲੇਜ ਆ ਉਹ ਮੈਂ ਲੋਕਾਂ ਤੱਕ ਪਹੁੰਚਾਵਾਂ ਕਿ ਜਿਸ ਤਰ੍ਹਾਂ ਮੈਂ ਦੁਨੀਆਂ ਨੂੰ ਦੇਖ ਰਿਹਾ ਤੁਹਾਨੂੰ ਉਸ ਤਰੀਕੇ ਨਾਲ ਦਿਖਾਵਾਂ ਬਹੁਤ ਬਹੁਤ ਕੁਛ ਸਿੱਖਿਆ ਉਸ ਕਾਲਜ ਤੋਂ ਠੀਕ ਹੈ ਹਲੇ ਹੁਣ ਸੈਕਿੰਡ ਈਅਰ ਦਾ ਹਲੇ ਸਾਨੂੰ ਅਸੀਂ ਸੈਕਿੰਡ ਈਅਰ 'ਚ ਹੋ ਗਏ ਸੀ ਹੁਣ ਫਸਟ ਈਅਰ ਦੀ ਐਡਮਿਸ਼ਨਸ ਹੋ ਰਹੀ ਸੀ ਅਤੇ ਫਸਟ ਈਅਰ ਦੀ ਬਹੁਤ ਸਾਰੀ ਐਡਮਿਸ਼ਨਸ ਮੈਂ ਕਰਵਾਈਆਂ ਕਿਉਂਕਿ ਯੂਟਿਊਬ ਤੋਂ ਬੱਚੇ ਸਟੂਡੈਂਟਸ ਜਿਹੜੇ ਜੂਨੀਅਰ ਸੀ ਇੰਟਰੈਕਟ ਕਰ ਰਹੇ ਸੀ ਮੇਰੇ ਨਾਲ ਇੰਸਟਾਗ੍ਰਾਮ ਤੋਂ ਉਹਨਾਂ ਨੂੰ ਮੈਂ ਸਾਰਾ ਕੁਛ ਦੱਸਿਆ ਕਿਹੜੀ ਸਾਈਟ ਤੋਂ ਕਿਵੇਂ ਕਰਨਾ ਹੈ ਮੈਂ ਆਲਰੇਡੀ ਵੈਸੇ ਯੂਟਿਊਬ 'ਤੇ ਸਭ ਕੁਛ ਸਮਝਾਇਆ ਹੋਇਆ ਸੀ ਬਟ ਮੈਨੂੰ ਐਵੇਂ ਸੀ ਕਿ ਚਲੋ ਜੇ ਬੱਚਿਆਂ ਦੀ ਹੈਲਪ ਹੋ ਰਹੀ ਹੈ ਮੇਰੇ ਕਰਕੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਸੀ ਮੈਂ ਉਹਨਾਂ ਨੂੰ ਦੁਬਾਰਾ ਤੋਂ ਸਾਰਾ ਕੁਛ ਸਮਝਾ ਰਿਹਾ ਸੀ ਉਹਨਾਂ ਨੂੰ ਨੰਬਰ ਸ਼ੇਅਰ ਕਰ ਰਿਹਾ ਸੀ ਉਹਨਾਂ ਨੂੰ ਦੱਸ ਰਿਹਾ ਸੀ ਵੀ ਕਿਵੇਂ ਤੁਸੀਂ ਗਰੁੱਪ 'ਚ ਉੱਥੇ ਜਾ ਕੇ ਆਪਣਾ ਨੰਬਰ ਦੇਣਾ ਹੈ ਸਰਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ ਮੈਂ ਏ ਟੂ ਜੈਡ ਮਤਲਬ ਮੇਰੇ ਖਿਆਲ ਜਿੰਨੀ ਡਿਟੇਲਿੰਗ 'ਚ ਮੈਂ ਤੁਹਾਨੂੰ ਫਾਰਮੈਸੀ ਬੀ ਡੀ ਐੱਸ ਨਰਸਿੰਗ ਬਾਰੇ ਦੱਸਿਆ ਇੰਨੀ ਡਿਟੇਲਿੰਗ 'ਚ ਯੂਟਿਊਬ ਨਹੀਂ ਤੁਹਾਨੂੰ ਵੀਡੀਓ ਨਹੀਂ ਕੋਈ ਮਿਲਣੀਗੀ ਕਿਉਂਕਿ ਮੈਂ ਉਹ ਸਾਰੇ ਫੈਕਟ ਜੋ ਮੈਂ ਸੋਚ ਕੇ ਉਹ ਵੀਡੀਓਜ਼ ਬਣਾਈਆਂ ਕਿ ਐਜ਼ ਅ ਸਟੂਡੈਂਟ ਜੇ ਮੈਂ ਐਡਮਿਸ਼ਨ ਲੈਣੀ ਹੈ ਤਾਂ ਮੈਨੂੰ ਕੁਝ ਨਹੀਂ ਪਤਾ ਮੈਂ ਸਭ ਕੁਛ ਪਤਾ ਕਰਨਾ ਤਾਂ ਕਿਵੇਂ ਪਤਾ ਹੋਊਗਾ ਉਹ ਸਾਰਾ ਕੁਛ ਮੈਂ ਸੋਚ ਸਮਝ ਕੇ ਥੋੜੀ ਵੀਡੀਓਜ਼ ਬਣਾਈਆਂ ਹੈ ਨਾ ਲੋਕਾਂ ਤੋਂ ਉਹਦੇ ਬਾਰੇ ਪਤਾ ਕਰਿਆ ਸਭ ਤੋਂ ਪਹਿਲਾਂ ਕਿਉਂਕਿ ਐਵੇਂ ਅੱਧਪ ਚੱਧੀ ਇਨਫੋਰਮੇਸ਼ਨ ਦੇ ਕੇ ਕੋਈ ਫਾਇਦਾ ਨਹੀਂ ਹੈਗਾ ਕੰਪਲੀਟ ਇਨਫੋਰਮੇਸ਼ਨ ਦੇਈ ਉਹਦੇ 'ਚ ਕਿਵੇਂ ਕਿਆ ਕਰਨਾ ਠੀਕ ਹੈ ਹਲੇ ਵੀ ਕਮੈਂਟਾਂ 'ਚ ਲੋਕ ਮੈਨੂੰ ਕਹੀ ਜਾਂਦੇ ਨੇ ਵੀ 241 ਵਾਲੇ ਰੈਂਕ 'ਤੇ ਐਡਮਿਸ਼ਨ ਹੁੰਦੀ ਹੈ ਤੁਸੀਂ ਕਹਿੰਦੇ ਹੋ 400 ਤੱਕ ਚਾਹੀਦਾ ਹੈ ਬਟ ਜਿਹੜੇ ਤੁਸੀਂ ਪੜ੍ਹ ਰਹੇ ਹੋ ਉਹ ਹੈ ਔਨਲਾਈਨ ਕ੍ਰਾਈਟੀਰੀਆਜ਼ ਔਨਲਾਈਨ ਜੋ ਲਿਖਿਆ ਹੋਇਆ ਹੈ ਅਤੇ ਔਨਲਾਈਨ ਚੀਜ਼ ਪਰਮਾਨੈਂਟ ਨਹੀਂ ਹੁੰਦੀ ਟੈਂਪਰੇਰੀ ਹੁੰਦੀ ਹੈ ਜਿਹੜੀ ਮੈਂ ਤੁਹਾਨੂੰ ਗੱਲਾਂ ਦੱਸੀਆਂ ਉਹ ਸਾਰੀਆਂ ਗਰਾਊਂਡ ਰਿਐਲਿਟੀ ਹੈ ਜੋ ਉੱਥੇ ਬੱਚੇ ਪੜ੍ਹ ਰਹੇ ਹੈ ਉਹਨਾਂ ਨਾਲ ਗੱਲਬਾਤ ਕਰਕੇ ਵੀ ਐਡਮਿਸ਼ਨ ਕਿਵੇਂ ਹੋਈ ਕਿਵੇਂ ਨਹੀਂ ਨਾ ਉਹ ਸਾਰਾ ਉਸ ਚੀਜ਼ 'ਚ ਸਮਝਾਇਆ ਹੋਇਆ ਅਤੇ ਬਾਕੀ ਮੈਂ ਗੌਰਮੈਂਟ ਮੈਡੀਕਲ ਕਾਲਜ ਛੱਡ ਦਿਆ ਕੋਰਸ ਆਪਣਾ ਛੱਡ ਦਿਆ ਪਟਿਆਲਾ ਛੱਡ ਦਿਆ ਅਤੇ ਹੁਣ ਦੇਖਦੇ ਹਾਂ ਪਰਮਾਤਮਾ ਅੱਗੇ ਕਿ ਕੀ ਹੋਰ ਛਡਾਉਂਦਾ ਬਟ ਹਾਂ ਜੋ ਮੇਰਾ ਡ੍ਰੀਮ ਸੀ ਉਹਦੇ ਵੱਲ ਮੈਂ ਤੁਰ ਪਿਆ ਜੋ ਸੀਰੀਜ਼ ਮੈਂ ਯੂਟਿਊਬ 'ਤੇ ਲੈ ਕੇ ਆਉਣਾ ਚਾਹੁੰਦਾ ਸੀ ਜਾਂ ਜਿਸ ਤਰ੍ਹਾਂ ਦੀ ਮੈਂ ਵੀਡੀਓਜ਼ ਬਣਾਉਣਾ ਚਾਹੁੰਦਾ ਸੀ ਹੁਣ ਤੋਂ ਮੈਂ ਉਹਨਾਂ ਵੀਡੀਓਜ਼ 'ਤੇ ਵਰਕ ਕਰਨਾ ਸ਼ੁਰੂ ਕਰ ਦਿਆ ਅਤੇ ਉਮੀਦ ਹੈ ਤੁਹਾਨੂੰ ਇਹਦਾ ਰੀਜ਼ਨ ਆਉਣ ਵਾਲੀ ਮੇਰੀ 2-3 ਕੁ ਵੀਡੀਓ 'ਚ ਪਤਾ ਲੱਗ ਜੂਗਾ ਕਿ ਮੈਂ ਹੁਣ ਕਰ ਕਹਿ ਰਿਹਾ ਅਸਲ 'ਚ ਜੋ ਕਿ ਤੁਹਾਨੂੰ ਜਲਦੀ ਹੀ ਅਪਡੇਟ ਕਰ ਦਾਂਗਾ ਅਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਅੱਗੇ ਵੀ ਤੁਹਾਡੇ ਲਈ ਇਨਫੋਰਮੇਸ਼ਨ ਵਾਲੀ ਵੀਡੀਓਜ਼ ਲੈ ਕੇ ਆਊਂਗਾ ਬਟ ਇਸ ਵਾਰ ਕੁਛ ਅਲੱਗ ਯੂਨੀਵਰਸਿਟੀ ਅਲੱਗ ਕਾਲਜ ਅਲੱਗ ਸ਼ਹਿਰ ਦੇ ਬਾਰੇ ਹੋਊਗੀ ਉਹ ਸਾਰੀ ਵੀਡੀਓਜ਼ ਉਮੀਦ ਹੈ ਤੁਸੀਂ ਸਾਰਿਆਂ ਨੂੰ ਮੇਰੀ ਕਾਲਜ ਛੱਡਣ ਦੀ ਵਜ੍ਹਾ ਤਾਂ ਨਹੀਂ ਪਤਾ ਲੱਗੀ ਹੋਣੀ ਹਲੇ ਮੈਂ ਕਿਉਂ ਕਾਲਜ ਛੱਡਿਆ ਬਟ ਇਹ ਹੈ ਕਿ ਮੈਂ ਆਉਣ ਵਾਲੀ ਵੀਡੀਓਜ਼ 'ਚ ਜਲਦੀ ਹੀ ਤੁਹਾਨੂੰ ਅਪਡੇਟ ਦੇਵਾਂਗਾ ਕਿ ਵਾਈ ਆਈ ਡਰੋਪਡ ਮਾਈ ਕੋਰਸ ਅਤੇ ਉਹਦੇ ਵਿੱਚ ਵੀ ਬੜਾ ਸੋਹਣਾ ਰੀਜ਼ਨ ਹੈ ਕਿ ਮੈਂ ਕਿਉਂ ਡਰੋਪ ਕਰਿਆ ਕੋਰਸ ਇੰਟਰਸਟਿੰਗ ਹੈ ਮੈਨੂੰ ਕਿਆ ਓਪਰਚੁਨਿਟੀ ਮਿਲੀ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਬਸ ਤੁਹਾਡਾ ਸ਼ੁਕਰੀਆ ਨਹੀਂ ਸਮਝ ਆਉਂਦਾ ਵੀ ਕਿਵੇਂ ਕਰਾਂ ਤੁਸੀਂ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਪਿਆਰ ਦਿਆ ਵੀ ਮੈਨੂੰ ਤਾਂ ਕਦੇ ਉਮੀਦ ਨਹੀਂ ਸੀ ਵੀ 0 to 3500 ਸਬਸਕ੍ਰਾਈਬਰ ਹੋਏ ਹੁਣ ਆਪਣਾ ਟਾਰਗੇਟ ਅੱਗੇ ਹੁਣ ਆਪੇ ਟਾਰਗੇਟ ਹੈ ਹੁਣ ਆਪਾਂ ਨੇ ਨਾ 3500-3500 ਆਪਣੇ ਲਈ ਹੁਣ ਕੁਛ ਨਹੀਂ ਹੈਗਾ ਹੁਣ ਗੱਲਾਂ ਆਪਾਂ ਨੇ ਲੱਖਾਂ ਵਾਲੀਆਂ ਕਰਨੀਆਂ ਨੇ ਠੀਕ ਹੈ ਮਿਹਨਤ ਆਪਣੀ ਜਾਰੀ ਹੈ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵਲੌਗਸ ਵਧੀਆ ਲੱਗਣਗੇ ਇਹ ਮੇਰੀ ਗਰੰਟੀ ਹੈ ਕਿਉਂਕਿ ਕੰਟੈਂਟ ਆਪਣੇ ਕੋਲ ਬਹੁਤ ਜ਼ਿਆਦਾ ਸੋਹਣਾ ਆਉਣ ਵਾਲਾ ਹੈ ਅਤੇ ਮਿਲਦੇ ਹਾਂ ਫਿਰ ਅਗਲੀ ਕਿਸੇ ਵੀਡੀਓ 'ਚ ਜਿਸ 'ਚ ਤੁਹਾਨੂੰ ਅਪਡੇਟ ਮਿਲੂਗੀ ਅਗਲੀ ਮੇਰੀ ਵੀਡੀਓ ਸਿੱਧਾ ਤੁਹਾਨੂੰ ਅਪਡੇਟ ਮਿਲੂਗੀ ਕਿ ਹੁਣ ਆਪਾਂ ਕਰ ਕੇ ਰਹੇ ਹਾਂ ਕੋਰਸ ਆਪਾਂ ਕਿਉਂ ਛੱਡਿਆ ਹੈ ਨਾ
ਤੇ ਬਾਕੀ ਜੇ ਕਿਸੇ ਨੂੰ ਕੋਈ ਦਿੱਕਤ ਹਲੇ ਵੀ ਹੁੰਦੀ ਹੈ ਗਵਰਨਮੈਂਟ ਮੈਡੀਕਲ ਕਾਲਜ ਦੇ ਰਿਗਾਰਡਿੰਗ ਕੋਈ ਕੁਐਸਚਨਸ ਮੇਰੇ ਤੋਂ ਪੁੱਛਣੇ ਹੁੰਦੇ ਹੈ ਤਾਂ ਮੇਰੇ ਤੋਂ ਪੁੱਛ ਸਕਦੇ ਹੋ ਤੇ ਬਾਕੀ ਆਪਾਂ ਮੈਂ ਸੋਚਿਆ ਤਾਂ ਹੈ ਕਿ ਇੰਨੀ ਛੇਤੀ ਯਾਰ ਵੀ ਕੰਟੈਕਟ ਨਹੀਂ ਤੋੜਨਾ ਇੰਨੀ ਵਧੀਆ ਫੈਮਿਲੀ ਬਣੀ ਹੈ ਆਪਣੀ ਮੈਂ ਟਰਾਈ ਕਰੂੰਗਾ ਕਿ ਮੈਂ ਕਾਲਜ 'ਚੋਂ ਵਲੌਗ ਬਣਵਾ ਕੇ ਹੈ ਨਾ ਤੁਹਾਡੇ ਤੱਕ ਪਹੁੰਚਾ ਸਕਾਂ ਜੇਕਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਆਉਂਦੀ ਹੈ ਕਾਲਜ 'ਚ ਹੈ ਨਾ ਕੋਈ ਵੀ ਦਿੱਕਤ ਆਉਂਦੀ ਹੈ ਈਵਨ ਕਿ ਜੇਕਰ ਕੋਈ ਸੀਨੀਅਰ ਵੀ ਤੰਗ ਕਰਦਾ ਹੈ ਨਾ ਤੁਸੀਂ ਬਸ ਦੱਸਣਾ ਇੱਕ ਵਾਰ ਪਰ ਵਲੌਗ ਵਾਲੀ ਤੁਹਾਨੂੰ ਪਤਾ ਆਪਾਂ ਨੇ ਨਹੀਂ ਬਣਾ ਦਾਂਗੇ ਬਾਕੀ ਯਾਰ ਸੋਰੀ ਕਿ ਮੈਂ ਹੋਸਟਲ ਵਲੌਗ ਨਹੀਂ ਪਾ ਸਕਿਆ ਉਹ ਮੇਰਾ ਪਲੈਨ ਸੀ ਜਿੱਦਾਂ ਮੈਂ ਗਿਆ ਸੀ ਹੁਣ ਲਾਸਟ ਟਾਈਮ ਕਾਲਜ ਕਿ ਮੈਂ ਹੋਸਟਲ ਵਲੌਗ ਬਣਾ ਲਾਂ ਪਰ ਬਣਾ ਨਹੀਂ ਹੋਇਆ ਸੋ ਇੰਨੀ ਕੁ ਬੇਨਤੀਆਂ ਨੇ ਪ੍ਰਵਾਨ ਕਰਿਓ ਉਮੀਦ ਹੈ ਤੁਸੀਂ ਸਾਰੇ ਹੁਣ ਤੱਕ ਮੇਰੀ ਵੀਡੀਓਜ਼ ਦੇਖਦੇ ਆਏ ਹੋ ਅਤੇ ਅੱਗੇ ਵੀ ਦੇਖਦੇ ਰਹੋਗੇ ਇਵੇਂ ਹੀ ਆਪਣਾ ਪਿਆਰ ਬਣਿਆ ਰਹੂਗਾ ਅਤੇ ਜੇਕਰ ਇੰਨੀ ਸਾਰੀ ਗੱਲਾਂ ਕਰਦੇ ਹੋਏ ਮੇਰੇ ਤੋਂ ਕੁਝ ਗਲਤ ਮਲਤ ਬੋਲਿਆ ਗਿਆ ਹੋਵੇ ਜਾਂ ਪਿਛਲੀ ਵੀਡੀਓਜ਼ 'ਚ ਵੀ ਮੈਂ ਕੁਛ ਇਹੋ ਜਿਹਾ ਬੋਲ ਪਿਆ ਹੋਵਾਂ ਜਾਂ ਇੰਸਟਾਗ੍ਰਾਮ 'ਤੇ ਵੀ ਕਿਉਂਕਿ ਕਈ ਵਾਰ ਨਾ ਇੰਨੇ ਜ਼ਿਆਦਾ ਮੈਸੇਜ ਆ ਜਾਂਦੇ ਨੇ ਇੰਸਟਾਗ੍ਰਾਮ 'ਤੇ ਇੱਕੇ ਬੰਦਾ ਇੱਕੇ ਸੇਮੇ ਚੀਜ਼ ਵਾਰ ਵਾਰ ਪੁੱਛ ਜਾਂਦਾ ਨਾ ਤਾਂ ਬਈ ਅਸੀਂ ਦੇਖ ਸੰਤ ਦਾ ਕੋਈ ਹੈ ਨਹੀਂ ਆਖਿਰਕਾਰ ਸਾਨੂੰ ਗੁੱਸਾ ਵੀ ਆਈ ਜਾਂਦਾ ਕਈ ਵਾਰ ਉਹਨਾਂ ਡੂਡਲੀ ਬਾਤ ਹੋ ਜਾਂਦੀ ਤਾਂ ਉਹਦੇ ਲਈ ਸਾਰਿਆਂ ਤੋਂ ਮਾਫ਼ੀ ਮੰਗ ਰਿਹਾ ਮੈਂ ਮੈਨੂੰ ਮਾਫ਼ ਕਰਿਓ ਅਤੇ ਮਿਲਦੇ ਹਾਂ ਅੱਗੇ ਕਿਸੇ ਹੋਰ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।